हेलो जी, सत श्री अकाल सारे नूं। उम्मीद है तुसी सारे ठीक हो। सो असी अज वीकेंड सीगा, लोंग वीकेंड, बट इन्ना बारिश सीगी किते नहीं जा सके, घर बहुत बैठ के बोर हो गए। हुण भी बारिश हो रही है, पर आपां सोचे कि आपां बाहर चलते हैं, कुछ नवी चीज़ जिहड़ी है शुरू करन दी ट्राई करन लगे हैं, जिन्हों की कहिंदे आ टेरेरियम। एक तो एक्वेरियम होंदे आ जिथे फिशिज़ वगैरह रखते हैं, ये टेरेरियम होंदा आ, वह शुरू करन लगे हैं बनाउणा, जैक शुरू करन लगे हैं। सो टेरेरियम एक इदां दी चीज़ है जिहदे च छोटे जे बॉक्स विच तुसीं एक लाइफ साइकिल जिहड़ा आ वह क्रिएट कर सकदे हो। लाइफ साइकिल जिदा प्लांट्स हो गए, वह भी बट रियल, फेक नहीं लैने हैगे, रियल प्लांट्स हो गए, ऑर्गेनिजम हो गए, छोटे छोटे एनिमल्स, वो ना किदा लाइफ साइकिल बनता है, वह चीज़ जिहड़ी आपां सोचन दे सीगे कि वह शुरू करते हैं। बाकी जैक तो पुछदे हैं, बिकॉज वो ही ज़्यादा इंट्रस्टिड होंदे इहो जिही चीज़ां च। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ। ਜਿਹੜਾ ਈਕੋਸਿਸਟਮ ਆ, ਸਰਲ ਭਾਸ਼ਾ 'ਚ ਕਹਿ ਲਈਏ ਕਿ ਜੰਗਲ ਦਾ ਸਾਈਕਲ, ਲਾਈਫ ਸਾਈਕਲ ਉਹਨਾਂ ਦਾ ਕਿਹੋ ਜਿਹਾ ਹੁੰਦਾ ਵਾ, ਕਿ ਜਿਹੜੇ ਬੂਟੇ ਨੇ ਉਹਨਾਂ ਤੋਂ ਜਿਹੜੇ ਪੱਤੇ ਝੜ ਕੇ ਜਿਹੜੇ ਮਿੱਟੀ 'ਚ ਰੁਲਦੇ ਨੇ, ਫਿਰ ਉਹਨਾਂ ਨੂੰ ਪਲਾਂਟ ਜਿਹੜੇ ਜਾਨਵਰ ਨੇ, ਇਨਸੈਕਟ ਹੋ ਗਏ, ਉਹ ਖਾਂਦੇ ਨੇ, ਖਾ ਕੇ ਜਿਹੜਾ ਵੇਸਟ ਸੁੱਟਦੇ ਨੇ ਉਹ ਫਿਰ ਬੂਟੇ ਗੇਨ ਕਰਦੇ ਕਿ ਉਹਨਾਂ ਦੀ ਗਰੋਥ ਵਾਸਤੇ। ਇੱਦਾਂ ਹੀ ਇਹ ਸਾਈਕਲ ਚੱਲਦਾ ਜੰਗਲਾਂ ਦਾ। ਉਦਾਂ ਹੀ ਉਹਨੂੰ ਛੋਟੀ ਚੀਜ਼ ਵਿੱਚ, ਜਾਰ ਵਿੱਚ ਕਹਿ ਲਓ ਜਾਂ ਅਕੁਏਰੀਅਮ ਵਿੱਚ ਕਹਿ ਲਓ, ਤੁਸੀਂ ਉਹਨੂੰ ਉਸ ਚੀਜ਼ ਨੂੰ ਕੈਦ ਕਰਕੇ ਉਹਨੀ ਚੀਜ਼ ਤੁਸੀਂ ਬਣਾ ਲੈਣਾ ਵਾ। ਉਹ ਨੈਚੁਰਲੀ ਜਿੱਦਾਂ ਉਹ ਕੰਮ ਕਰਦੇ ਆ ਉਵੇਂ ਹੀ ਕੰਮ ਕਰੂਗੀ, ਉਹਦੇ ਵਿੱਚ ਆਰਟੀਫਿਸ਼ਲ ਕੁਛ ਨਹੀਂ ਹੋਊਗਾ। ਹਾਂਜੀ, ਜਿੱਦਾਂ ਜੰਗਲਾਂ ਵਿੱਚ ਹੁੰਦਾ ਆ ਨਾ, ਜਿੱਦਾਂ ਦਾ ਲਾਈਫ ਸਾਈਕਲ ਉੱਥੇ ਚੱਲਦਾ, ਬਟ ਇਹ ਛੋਟੀ ਸਾਈਜ਼ 'ਚ ਇੱਕ ਜਾਰ ਦੇ ਵਿੱਚ ਤੁਸੀਂ ਉਹਨੂੰ ਮਹਿਸੂਸ ਵੀ ਕਰ ਸਕਦੇ ਹੋ ਤੇ ਵੇਖ ਵੀ ਸਕਦੇ ਹੋ ਆਪਣੇ ਤੁਸੀਂ ਜਾਨਵਰਾਂ ਨੂੰ, ਜਿਹੜੇ ਅੰਦਰ ਐਨੀਮਲਸ ਹੋਣਗੇ ਜਾਂ ਇਨਸੈਕਟਸ, ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ ਕੀ ਕਰਨ ਡੇ ਨੇ, ਕੀ ਖਾਂਦੇ ਨੇ, ਕਿਵੇਂ ਚੱਲਦੇ ਆ, ਕਿਵੇਂ ਬੂਟੇ ਹੋ ਰਹੇ ਨੇ। ਹਾਂਜੀ ਹਾਂਜੀ, ਉਹ ਸਾਰਾ ਕੁਝ ਰੀਅਲ ਰੀਅਲ ਜਿਹੜਾ ਆ ਉਹ ਆਪਾਂ ਸ਼ੁਰੂ ਕਰਾਂਗੇ। ਇੱਥੇ ਹੁਣ ਨਰਸਰੀ 'ਚ ਆਏ ਹਾਂ, ਇੱਥੇ ਬੋਰਡਰ ਸਾਡੇ ਨੇੜੇ ਹੀ ਹੈ, ਤੋਂ 5 ਮਿੰਟ ਦੀ ਡਰਾਈਵ 'ਤੇ। ਇੱਥੋਂ ਹੁਣ ਅਸੀਂ ਆਈ ਬੂਟੇ ਲਵਾਂਗੇ, ਪਰ ਮੈਂ ਵੇਖਣਾ ਕਿ ਉਹਨਾਂ ਨੂੰ ਨਾ ਬਿਲਕੁਲ ਨਿੱਕੇ ਨਿੱਕੇ ਚਾਹੀਦੇ ਆ। ਹਾਂਜੀ, ਉਹ ਤਾਂ ਮੋਸਟਲੀ ਗਰਮੀਆਂ 'ਚ ਆਉਂਦੇ ਹੁੰਦੇ ਆ, ਪਰ ਆ ਕਿ ਜੇ ਚਲੋ ਹੁਣ ਮਿਲ ਗਏ ਤਾਂ ਹੁਣ ਤੋਂ ਲੈ ਕੇ ਤੇ ਫਿਰ ਸਟਾਰਟ ਕਰ ਦਾਂਗੇ, ਜੇ ਨਹੀਂ ਮਿਲੇ ਫਿਰ 1-2 ਮਹੀਨੇ ਠਹਿਰ ਕੇ ਫਿਰ ਆ ਜਾਣਗੇ, ਤਾਂ ਫਿਰ ਉਦੋਂ ਸਟਾਰਟ ਕਰਾਂ। ਹਾਂਜੀ, ਚੱਲਦੇ ਆ ਹੁਣ ਅੰਦਰ, ਦੇਖਦੇ ਆ ਹੁਣ ਲਿਵਿੰਗ ਆਰਗੈਨਿਜ਼ਮ। ਨਰਸਰੀ 'ਚ ਐਂਟਰ ਹੁੰਦੇ ਸਾਰ ਹੀ ਸਾਨੂੰ ਹਾਥੀ ਲੱਭ ਗਿਆ, ਨਕਲੀ ਹੈ ਬਟ ਬੜਾ ਵਧੀਆ ਲੱਗ ਰਿਹਾ। ਅੰਗ ਸਿੰਘ ਹਾਥੀ ਆ ਗਿਆ, ਦੇਖੋ ਇਹਨੂੰ ਨਾ ਅੰਗਦ ਨੂੰ ਨਾ ਪਤਾ ਲੱਗ ਜਾਂਦਾ ਕਿ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਫਿਰ ਇਹ ਸ਼ਾਈ ਹੋ ਜਾਂਦਾ ਹੈ। ਹੁਣ ਇਹਨੂੰ ਸਮਝ ਲੱਗਣ ਲੱਗ ਗਈ ਕਿ ਮੋਮ ਡੈਡ ਦੇ ਹੱਥ 'ਚ ਆਲ ਦਾ ਟਾਈਮ ਕੈਮਰਾ ਹੁੰਦਾ ਆ। ਫਾਊਂਟੇਨਸ ਵੀ ਹੈਗੇ ਇੱਥੇ ਬੜੇ ਸੋਹਣੇ, ਬਟ ਰਾਈਟ ਨਾਓ ਕਾਫੀ ਜਿਹੜੇ ਉਹ ਮਹਿੰਗੇ ਲਾਏ ਹੋਏ ਆ। ਇਹ ਪਤਾ ਨਹੀਂ ਕੀ ਚੀਜ਼ ਹੈ, ਇਹ ਕੀ ਬਣਾਏ ਹੋਏ ਆ, ਸਟੈਚੂ ਜੇ ਆ, ਸਟੈਚੂ ਜੇ। ਹਾਂ, ਅੰਦਰ ਗਾਰਡਨ ਚ ਰੱਖੇ ਨੇ ਸਾਹਮਣੇ। ਫਾਊਂਟੇਨ ਬਹੁਤ ਸੋਹਣੇ ਸੋਹਣੇ ਆ। ਆ ਵੀ ਕਾਹਦੇ ਆ? ਹਾਂ ਦੇਖੋ, ਹੈ ਨਾ, ਲੱਕੜਾਂ ਵਾਲੇ। ਪ੍ਰਾਈਸ ਬਹੁਤ, ਹਾਂ ਮੈਨੂੰ ਲੱਗਦਾ ਇਹ ਹੁਣ ਬਾਅਦ 'ਚ ਨਾ ਸਾਰਾ ਕੁਛ ਹੀ ਹੁਣ ਮਹਿੰਗਾ ਹੋ ਗਿਆ। ਪਿਛਲੀ ਗਰਮੀ 'ਚ $600 ਦਾ ਸੀ। $600 ਦਾ ਤੇ ਹੁਣ ਤਾਂ ਇਹ 16, ਮਤਲਬ ਪੂਰਾ $1000 ਵੱਧ ਗਿਆ ਇਹਨਾਂ ਦਾ। ਆ ਗਈ ਦੀ ਐਂਟਰੀ। ਸਟਾਰਟਿੰਗ 'ਚ ਨਾ ਡੈਕੋਰੇਸ਼ਨ ਦਾ ਹੀ ਸਮਾਨ ਇੰਨੀ ਲੱਗੇ ਸੀਗਾ ਤੇ ਮੈਂ ਕਦੀ ਗਈ ਨਹੀਂ। ਦੇਖੋ ਨਾ, ਇਹ ਬਨੀ ਰੈਬਿਟ, ਬਨੀ ਆ ਬਾਬਾ, ਯਾ ਡਕ, ਕੀ ਹੈ ਡਕ, ਸਾਰਾ ਪਤਾ ਉਹਨੂੰ। ਡਕ ਕੀ ਆ ਗਿਆ ਨਾ, ਡਕ 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 ਆ ਗਿਆ ਹੁਣ। ਆ ਵੀ ਯੂਜ਼ ਹੋਏ ਨੇ ਵਿੱਚ, ਇਹ ਵਾਲੇ, ਹਾਂ ਇਹੀ ਵਾਲੇ ਚ ਆ ਦੇਖ, ਆ ਵੀ ਯੂਜ਼ ਹੋਏ ਨੇ। ਹਾਂ, ਇਹ ਰੀਅਲ, ਆਪਾਂ ਨੂੰ ਰੀਅਲ ਪਲਾਂਟਸ ਨਹੀਂ ਚਾਹੀਦੇ, ਰੀਅਲ ਹੈ, ਰੀਅਲ ਇਹ, ਰੀਅਲ ਨਹੀਂ। ਹਾਂ, ਅੱਛਾ, ਮੈਂ ਸੋਚੀ ਜਾਨੀ ਨਕਲੀ ਹੈ। ਨਹੀਂ ਨਹੀਂ, ਓਹ ਸੋਹਣਾ ਆ, ਆ ਵੀ ਯੂਜ਼ ਹੋਏ ਨਾ। ਇਹ ਵੀ ਕਰ ਸਕਦੇ, ਪਰ ਕੋਸ਼ਿਸ਼ ਕਰੋ ਕਿ ਗਮਲਿਆਂ ਤੋਂ ਬਗੈਰ, ਇਦਾਂ ਇਹ ਕਾਸਟਲੀ ਹੋ ਜਾਣਾ ਹੈ। ਹੋਣਾ ਇਦਾਂ ਹੀ, ਜੇ ਤਾਂ ਮਿਲ ਗਿਆ ਨਾ ਉੱਥੇ ਫੇਰ। ਇਹ ਗਾਰਡਨਿੰਗ ਵਿੱਚ ਜਿਹੜੇ ਜਿਨ੍ਹਾਂ ਨੂੰ ਗਾਰਡਨ ਦਾ ਸ਼ੌਂਕ ਹੈ, ਹੈ ਨਾ, ਉਹਦੇ 'ਚ ਕਿੰਨੀਆਂ ਸੋਹਣੀਆਂ ਚੀਜ਼ਾਂ ਇਹਨਾਂ ਲਾਈਆਂ ਨੇ। ਫਲਾਵਰ ਬਰਡਸ ਵੀ ਹੈਗੇ ਆ,
ਗਾਰਡਨਿੰਗ ਤੋਂ ਇਲਾਵਾ ਵੀ ਜਿਹੜੇ ਆ ਨਾ ਇੱਥੇ ਕਾਫੀ ਸੋਹਣੇ ਜਿਹੜੇ ਡੈਕੋਰੇਸ਼ਨ ਦੇ ਸਮਾਨ ਰੱਖੇ ਬਾਹਰ ਟੰਗਣ ਵਾਸਤੇ ਹਨਾ ਜੈ ਹਾਂ ਦੇਖੋ ਆਪਾਂ ਹੌਲੀ ਹੌਲੀ ਚੀਜ਼ ਜਿੱਦਾਂ ਵੀ ਕੋਈ ਹਨਾ ਇੱਕ ਇੱਕ ਕਰਕੇ ਬੰਦਾ ਲੈ ਹਾਂ ਬਾਲਕਨੀ ਆਪਣੇ ਸੈੱਟ ਕਰਾਂਗੇ ਰਾਈਟ ਦੈਟਸ ਰਾਈਟ ਇੰਨੇ ਇੰਨੇ ਸੋਹਣੇ ਪਲਾਂਟਸ ਰੱਖੇ ਹੋਏ ਆ ਜੀ ਕਹਿੰਦਾ ਸਾਰੇ ਲੈ ਜਾਈਏ ਫੁੱਲ ਕਿੰਨੇ ਕਿੰਨੇ ਸੋਹਣੇ ਆ ਮੈਂ ਆਹ ਫਲਾਵਰ ਦੇ ਕੇ ਭੱਜੀ ਆਈ ਮੈਨੂੰ ਲੱਗਾ ਇਹ ਨਕਲੀ ਹੈ ਬਟ ਇਹ ਅਸਲੀ ਹੈ ਅਤੇ ਕਿੰਨੇ ਜ਼ਿਆਦਾ ਪ੍ਰਿਟੀ ਹੈ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਮਜ਼ਾ ਹੀ ਆ ਗਿਆ ਦੇਖ ਕੇ ਕੀ ਕਹਿ ਰਹੇ ਹੋ ਕੈਕਟਸ ਰੈੱਡ ਕਲਰ ਦਾ ਕੈਕਟਸ ਮੈਂ ਤਾਂ ਕਦੀ ਦੇਖਿਆ ਨਹੀਂ ਪਹਿਲੀ ਵਾਰ ਦੇਖ ਰਹੀ ਰੈੱਡ ਕਲਰ ਦਾ ਇਹ ਆਹ ਨਕਲੀ ਹੈ ਕਿ ਅਸਲੀ ਹੈ ਇਹ ਜਦੋਂ ਵੀ ਇਹਦੇ ਲਾਗੇ ਕੋਈ ਨਾ ਕੋਈ ਬੱਗ ਜਾਂ ਕੋਈ ਇਨਸੈਕਟ ਆਉਂਦਾ ਨਾ ਆਹ ਮੈਨੂੰ ਲੱਗਦਾ ਆਹ ਹੀ ਇਨਸੈਕਟ ਹਾਂ ਇਹ ਆਪਣਾ ਜਿਹੜਾ ਨਾ ਮੂੰਹ ਬੰਦ ਕਰ ਲੈਂਦੇ ਆ ਆ ਖੁੱਲਣਾ ਹੋਣਾ ਹਾਂ ਜਦੋਂ ਇਹਦੇ ਅੰਦਰ ਕੋਈ ਜਾਊਗਾ ਇਹਨੇ ਬੰਦ ਕਰ ਇਹਨੇ ਮੂੰਹ ਬੰਦ ਕਰ ਲੈਣਾ ਆਪਣਾ ਦੇਖੋ ਕਿ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਕਿੰਨੀ ਸੋਹਣੀ ਕੁਦਰਤ ਹੈ ਇਹਨੂੰ ਕਹਿੰਦੇ ਆ ਵੀਨਸ ਫਲਾਈ ਟ੍ਰੈਪ ਵੀਨਸ ਜੈਰ ਨੂੰ ਕਹਿੰਦੇ ਹੁੰਦੇ ਹਨਾ ਗੈਸ ਇਹਦੇ ਅੰਦਰ ਹੁੰਦਾ ਮੈਨੂੰ ਤਾਂ ਲੱਗਾ ਸੀਗਾ ਨਰਸਰੀ 'ਚ ਇਕੱਲੇ ਪਲਾਂਟਸ ਹੀ ਹੋਣਗੇ ਇੰਨੀਆਂ ਸੋਹਣੀਆਂ ਸੋਹਣੀਆਂ ਡੈਕੋਰੇਸ਼ਨ ਦਾ ਸਮਾਨ ਪਿਆ ਇੱਥੇ ਮੇਰਾ ਤਾਂ ਦਿਲ ਹੀ ਖੁਸ਼ ਹੋ ਗਿਆ ਇੱਥੇ ਆ ਕੇ ਲਾਫਿੰਗ ਬੁੱਧਾ ਦੇਖੋ ਕਿੱਡੇ ਕਿਊਟ ਕਿਊਟ ਜਿਹੜੇ ਵੇਖੀ ਕਿਦੋਂ ਅੱਖਾਂ ਢੱਕੀਆਂ ਕੰਨ ਢੱਕੇ ਜੈਕ ਲਾਫਿੰਗ ਬੁੱਧਾ ਕਿੱਡੇ ਕਿਊਟ ਵੇਖਿਓ ਘੁੱਗੇ ਜੇ ਨਿੱਕੇ ਨਿੱਕੇ ਅਰਜਨ ਲੱਗਣ ਦੇ ਨਾ ਹਾਏ ਬਟ ਕਿੰਨੀ ਸੋਹਣੀ ਸਾਊਂਡ ਆਈ ਹੈ ਆਹ ਦੇਖੋ ਇਹਨਾਂ ਨੂੰ ਕੀ ਕਹਿੰਦੇ ਆ ਵਿੰਡ ਚਾਈਮਸ ਕਿੰਨੇ ਸੋਹਣੇ ਆ ਸਾਰਿਆਂ ਦੀ ਵੱਖਰੀ ਵੱਖਰੀ ਸਾਊਂਡ ਹੈ ਆਹ ਹਾਂ ਇੱਕ ਸਾਊਂਡ ਮੈਂ ਤੁਹਾਨੂੰ ਦੱਸ ਦਿੰਦਾ ਜੇ ਕਿਸੇ ਗਾਣਾ ਸੁਣਿਆ ਹੋਊਗਾ ਉਹ ਹੁਣ ਸੁਣੀ ਸਟਾਰਟਿੰਗ 'ਚ ਹੁੰਦਾ ਬਲਕਾਰ ਸਿੱਧੂ ਦਾ ਗਾਣਾ ਦੌਲਤਾਂ ਵੀ ਮਿਲ ਗਈਆਂ ਉਹਦੇ 'ਚ ਸ਼ੁਰੂ 'ਚ ਹੁੰਦਾ ਅੱਛਾ ਅੱਛਾ ਗਮਲੇ ਚੈੱਕ ਕਰੋ ਜੈਕ ਲਿਪਸ ਵਾਲੇ ਆਹ ਦੇਖੋ ਇਹ ਬਰਡਸ ਵਾਸਤੇ ਉਹਨਾਂ ਦੇ ਬਣਾਏ ਹੋਏ ਆ ਘਰ 'ਚ ਨੈਸਟ ਜਿਹੀਆਂ ਬਣਾਈਆਂ ਹੋਈਆਂ ਜਿੱਦਾਂ ਹੁਣ ਗਰਮੀਆਂ ਆ ਜਾਣੀਆਂ ਨੇ ਨਾ ਸਭ ਨੇ ਆਪਣੇ ਘਰਾਂ ਦੇ ਬਾਹਰ ਟੰਗ ਦਿੰਦੇ ਹੁੰਦੇ ਦਾਣਾ ਪਾਣੀ ਪਾ ਕੇ ਕਿਉਂਕਿ ਕਈ ਵਾਰੀ ਉਹਨਾਂ ਨੂੰ ਮਿਲਦਾ ਵੀ ਨਹੀਂ ਹੈ ਮੌਸਮ ਇੰਨਾ ਜ਼ਿਆਦਾ ਖਰਾਬ ਹੈ ਬਾਹਰ ਜਿੱਦਾਂ ਪੂਰੀ ਇੰਡੀਆ 'ਚ ਹਨੇਰੀ ਚੱਲਦੀ ਹੁੰਦੀ ਹੈ ਨਾ ਉੱਦਾਂ ਚੱਲ ਰਹੀ ਅੱਜ ਹਾਂਜੀ ਸਹੀ ਗੱਲ ਕੀ ਯਾਦਾਂ ਹੁੰਦੀਆਂ ਸੀ ਵੇਖ ਲੋ ਹਨਾ ਉਹ ਵੀ ਕੀ ਚੀਜ਼ਾਂ ਕਰਦੇ ਹੁੰਦੇ ਸੀਗੇ ਬਚਪਨ 'ਚ ਆਪਾਂ ਹੁਣ ਤਾਂ ਇੰਡੀਆ 'ਚ ਉਹ ਨਹੀਂ ਹੁਣ ਤਾਂ ਇੱਥੋਂ ਦਾ ਬਚਪਨ ਤੇ ਇੰਡੀਆ ਦਾ ਸੇਮ ਹੀ ਹੈ ਇੰਡੋਰ ਅੰਦਰ ਹੀ ਅੰਦਰ ਸਾਨੂੰ ਯਾਦ ਆ ਜਦੋਂ ਸਕੂਲ ਤੋਂ ਆਉਣਾ ਸੀ ਹਨਾ ਇੰਨਾ ਚਾਅ ਹੋਣਾ ਦਿਨ ਮਤਲਬ ਗਰਮੀਆਂ ਦੇ ਦਿਨ ਸ਼ਿਖਰ ਤੇ ਬੈਗ ਸੁੱਟ ਕੇ ਰੋਟੀ ਨਹੀਂ ਖਾਣੀ ਪਾਣੀ ਪੀ ਕੇ ਤੇ ਨਾਲ ਹੀ ਬੈਟ ਫੜਨਾ ਤੇ ਗਰਾਊਂਡ 'ਚ ਤੇ ਸ਼ਾਮ ਤੱਕ ਖੇਡੀ ਹੋ ਜਾਣਾ ਘਰ ਦੇਣੇ ਗਾਲਾਂ ਕੱਢਣੀ ਆ ਜਾਓ ਤੇ ਕੋਈ ਫਰਕ ਨਹੀਂ ਤੇ ਹੁਣ ਬੱਚੇ ਖੇਡਦੇ ਨਹੀਂ ਤੁਸੀਂ ਕਹਿੰਦੇ ਸੀ ਕਿ ਫਲਾਵਰਸ ਨਹੀਂ ਹੋਣੇ ਤੁਸੀਂ ਦੇਖੋ ਕਿੰਨੇ ਸੋਹਣੇ ਆ ਮੈਂ ਤੇ ਹੈਰਾਨ ਹੋ ਗਈ ਆ ਕਿੰਨੇ ਸੋਹਣੇ ਫਲਾਵਰਸ ਆ ਜਿਹਨੂੰ ਵੀ ਗਾਰਡਨਿੰਗ ਦਾ ਸ਼ੌਂਕ ਆ ਸਜਾਵਟ ਕਰਨ ਦਾ ਮੈਨੂੰ ਘੱਟ ਆ ਉਹਦਾ ਜੈਕ ਨੂੰ ਜ਼ਿਆਦਾ ਆ ਅਤੇ ਉਹ ਤੁਸੀਂ ਜ਼ਰੂਰ ਇੱਥੇ ਆ ਸਕਦੇ ਹੋ ਨਰਸਰੀ ਵਿੱਚ ਹਰ ਚੀਜ਼ ਇੱਥੇ ਹਰ ਚੀਜ਼ ਇਹ ਕੀ ਚੀਜ਼ ਹੈ ਟਮਾਟਰ ਟਮਾਟਰ
ਇਹਨੂੰ ਲੋਕੀ ਟਮਾਟੇ ਵੀ ਆਂਦੇ ਨੇ ਟਮਾਟੇ ਟਮਾਟੇ ਕੋਣ ਕਹਿੰਦਾ ਨਹੀਂ ਨਹੀਂ ਉਹ ਜਿੰਨੇ ਗਾਣਾ ਸੀਗਾ ਕਿਹੜਾ ਪੈਂਦੇ ਨੇ ਟਮਾਟੇ ਤੋੜਨੇ ਓਏ ਕਸਮ ਮੇਰੀ ਜਾਨ ਨੂੰ ਤੇ ਪੈਂਦੇ ਆ ਟਮਾਟੇ ਤੋੜਨੇ ਮੇਰੀ ਜਾਨ ਨੂੰ ਪੈਂਦੇ ਤੇ ਕੈਨੇਡਾ ਆ ਕੇ ਟਮਾਟੇ ਤੋੜਨ ਹਾਂ ਘਾਟੀਆਂ ਤੇ ਬੇਰੀ ਤੋੜਨ ਦੇ ਮਿਲਦੀ ਇੰਨਾ ਫਨੀ ਸੌਂਗ ਆ ਸਾਂਗੇ ਤੋਂ ਵਧੀਆ ਮਟਰ ਮਟਰ ਆ ਮੈਨੂੰ ਮਟਰ ਲੱਗਦੇ ਆ ਮਟਰ ਹੀ ਚਕੰਦਰ ਹਾਂ ਪਾਵਲਾ ਕਿੰਨੇ ਦਾ ਹੀ ਹੈ ਨਾ ਇਹ ਮੈਨੂੰ ਲੱਗਦਾ ਸਾਰਾ ਕੁਛ ਅੰਦਰ ਹੀ ਹੈ ਇਹਨਾਂ ਦੀ ਲਾਈਟ ਹਾਂਜੀ ਗ੍ਰੀਨ ਹਾਊਸ ਬਣਾਇਆ ਲਾਈਟਨਿੰਗ ਵੀ ਇੱਧਰ ਪੂਰੀ ਮਿਲ ਰਹੀ ਹੈ ਉਹਨਾਂ ਨੂੰ ਆਕਸੀਜਨ ਵੀ ਸਾਰਾ ਕੁਛ ਉਹਨਾਂ ਨੂੰ ਮਿਲਦਾ ਪਿਆ ਲੈਮਨ ਗ੍ਰਾਸ ਲਾਇਆ ਹੈ ਨਾ ਜੀ ਲੈਮਨ ਗ੍ਰਾਸ ਹਾਂਜੀ ਇਹਨਾਂ ਨੇ ਵੀ ਅਵੇਲਾ ਚਾਹ ਚ ਪੋੜਤਾ ਸੀ ਪਰ ਹੁਣ ਤੁਰ ਪਿਆ ਲੈਮਨ ਗ੍ਰਾਸ ਆਪਾਂ ਚਾਹ ਚ ਇੰਨਾ ਜ਼ਾਇਕਾ ਉਹਦਾ ਟੇਸਟੀ ਆਉਂਦਾ ਟਰਾਈ ਕਰਿਓ ਲੈਮਨ ਗ੍ਰਾਸ ਨੂੰ ਚਾਹ ਚ ਪਾ ਕੇ ਨਾ ਜਿਹੜੇ ਚਾਹ ਦੇ ਸ਼ੌਕੀਨ ਹੈ Life is better on the deck. Life is better on the patio. Yes, aap la sakde ha. Utte lagi ja. Haan. Hai ek $50 da ek hai. Right now bahut mehanga chal raha hai sara kuch. So tusi khoobsurti nazare lo edda hi. Video ch nazare lo. Ek aage nazare le tha. Eh ki cheeza haan kinne sohne hai. Ek mainu laga ghumdiyan ne but edda decoration hai hai na. ਜਰੂਰ ਲੈਣੀ ਹੈ ਏਦਾਂ ਦੀ ਸਾਡੇ ਕੋਲ ਹੈ ਬਟ ਹੋਰ ਚਾਹੀਦੀ ਹੈ ਆਹ ਬਲੈਕ ਚ ਕਿੱਡੀ ਸੋਹਣੀ ਲੱਗ ਰਹੀ ਹੈ ਇਹ ਜਿੱਦਾਂ ਫੇਕ ਚੀਜ਼ਾਂ ਜਿੱਦਾਂ ਸਿਰਫ ਗਾਰਡਨ ਦੀ ਜਿੱਦਾਂ ਸਜਾਵਟ ਵਾਸਤੇ ਲਾਈਟਾਂ ਆ ਤਿੱਤਲੀਆਂ ਇਹਨਾਂ ਸਾਰਿਆਂ 'ਚ ਲਾਈਟਾਂ ਵਗੈਰਾ ਜਗਦੀਆਂ ਨੇ ਉਹ ਚੀਜ਼ਾਂ ਵੀ ਤੁਸੀਂ ਜਿਹੜੀਆਂ ਲਾ ਸਕਦੇ ਹੋ ਉਹ ਪਰ ਉਹ ਵੀ ਹੈਗੇ ਝੂਲੇ ਬੱਚਿਆਂ ਦੇ ਇਹ ਵੀ ਗਾਰਡਨ 'ਚ ਰੱਖੇ ਹੁੰਦੇ ਨੇ ਲੋਕਾਂ ਨੇ ਉਹ ਰੱਖੇ ਆ ਡੱਡੂ ਕਿੱਥੇ ਡੱਡੂ ਪਲਾਂਟਸ ਨੂੰ ਪਾਉਣ ਵਾਸਤੇ ਖਾਦ ਫੂਡ ਫਰਟੀਲਾਈਜ਼ਰ ਸਾਰਾ ਕੁਛ ਹੀ ਹੈ ਇੱਥੇ ਹਰ ਚੀਜ਼ ਮਿਲ ਜਾਏਗੀ ਤੁਹਾਨੂੰ ਗਾਰਡਨਿੰਗ ਦਾ ਐਂਡ ਆਊਟਸਾਈਡ ਆਪਣੇ ਤੁਸੀਂ ਡੈਕ ਨੂੰ ਸਜਾਉਣਾ ਆ ਬਹੁਤ ਕੁਛ ਗੁਡੋਇਆਂ ਦੀ ਮਿੱਟੀ ਗੁਡੋਇਆਂ ਦੀ ਮਿੱਟੀ ਉਹ ਅੱਛਾ ਓਰੀਜਨਲ ਜਿੱਦਾਂ ਰੱਖ ਹੁੰਦੀ ਹੈ ਪਾਵਰਫੁਲ ਸਭ ਤੋਂ ਮਤਲਬ ਖਾਦ ਵਾਲੀ ਮਿੱਟੀ ਹੁੰਦੀ ਹੈ ਸਭ ਤੋਂ ਗੁਡੋਇਆਂ ਵਾਲੀ ਯਾ ਉਹ ਚੀਜ਼ ਆ ਵੀ ਕਿੰਨੇ ਸੋਹਣੇ ਆ ਓ ਮਾਈ ਗੋਡ ਆ ਦੇਖਿਓ ਆ ਕੀ ਡਿਜ਼ਾਈਨ ਹੈ ਗੋਲ ਗੋਲ ਜਿਹਾ ਆਪ ਬਣਾਏ ਆ ਇਹਦੇ ਆਪ ਕਿੱਦਾਂ ਬਣਾਏ ਜਿਹੜੇ ਲੱਕੀ ਬੰਬੂ ਨਹੀਂ ਹੁੰਦੇ ਉਹ ਮੈਂ ਕਹਿ ਦਿੰਦੇ ਆ ਲੱਕੀ ਹੁੰਦੇ ਆ ਉਹ ਹੁੰਦੇ ਆ ਪਰ ਇਹਨਾਂ ਦੀ ਸ਼ੇਪ ਉਦਾਂ ਦੇ ਦਿੰਦੇ ਆ ਨਾ ਇਹਨੂੰ ਨਾਲ ਇਹਦੇ ਬਣ ਕੇ ਰੋਡ ਜੀ ਹੁੰਦੀ ਆ ਮੈਂ ਤਾਂ ਹੈਰਾਨੀ ਹੋ ਗਈ ਉਹਦੇ ਨਾਲ ਸ਼ੇਪ ਦੇ ਦਿੰਦੇ ਆ ਉਹਨੂੰ ਸੋ ਮੈਂ ਤੁਹਾਨੂੰ ਦੱਸ ਦਿੱਤਾ ਸੀਗੇ ਆਪਾਂ ਬਣਾਉਣ ਲੱਗਿਆ ਟੁਰੇਰੀਅਮ ਟੁਰੇਰੀਅਮ ਦਾ ਕੀ ਮਤਲਬ ਹੁੰਦਾ ਹੈ ਜੇ ਤੁਸੀਂ ਉਹਨੂੰ ਹਾਫ ਕਰ ਦਿਓ ਟੈਰਾ ਮੀਨਸ ਅਰਥ ਐਂਡ ਏਰੀਅਮ ਮੀਨਸ ਇੱਕ ਪਲੇਸ ਜਾਂ ਜਗ੍ਹਾ ਜਿੱਥੇ ਆਪਾਂ ਇੱਕ ਛੋਟਾ ਜਿਹਾ ਜਿੱਦਾਂ ਕਹਿ ਲਓ ਈਕੋ ਸਿਸਟਮ ਜਿਹਾ ਆਪਾਂ ਉਹ ਤਿਆਰ ਕਰਨ ਲੱਗੇ ਹਾਂ ਇੱਕ ਲਾਈਫ ਸਾਈਕਲ ਜਿਹੜਾ ਹੁੰਦਾ ਹੈ ਪਲਾਂਟਸ ਆ ਗਏ ਪਲਾਂਟਸ ਨੂੰ ਕੌਣ ਖਾ ਰਿਹਾ ਕਿਹੜੇ ਜਾਨਵਰ ਖਾ ਰਹੇ ਨੇ ਉਸ ਤੋਂ ਬਾਅਦ ਉਹਦਾ ਅੱਗੇ ਅੱਗੇ ਲਾਈਫ ਸਾਈਕਲ ਕਿੱਦਾਂ ਚੱਲ ਰਿਹਾ ਉਹ ਆਪਾਂ ਇੱਕ ਛੋਟੀ ਜਿਹੀ ਬੋਕਸ ਦੇ ਵਿੱਚ ਇੱਕ ਟਰਾਂਸਪੇਰੈਂਟ ਲਾਈਕ ਬੋਕਸ ਜਿਹੜਾ ਉਹਦੇ ਵਿੱਚ ਕ੍ਰੀਏਟ ਕਰਨ ਲੱਗੇ ਹਾਂ ਸੋ ਆਪਾਂ ਪਲਾਂਟਸ ਲੈਣ ਲੱਗੇ ਹੁਣ ਆ ਨਹੀਂ ਲੈ ਸਕਦੇ ਜੈਕ ਆਪਾਂ ਇਹ ਵੀ ਲੈ ਸਕਦੇ ਪਰ ਜ਼ਿਆਦਾ ਵੱਡਾ ਇਹਨਾਂ ਨੇ ਲੈ ਸਕਦੇ ਹਾਂ ਹਾਂ ਆਈ ਥਿੰਕ ਇਹ ਜ਼ਿਆਦਾ ਨਾ ਗਰੋ ਨਹੀਂ ਕਰਨਗੇ ਹਾਂ ਗਰੋ ਤਾਂ ਕਰਨਾ ਨਹੀਂ ਸਾਨੂੰ ਚਾਹੀਦਾ ਵੀ ਉਹੀ ਹੈ ਕਿ ਜਿਹੜੇ ਗਰੋ ਘਟ ਕਰੇ ਉਹ ਅੱਛਾ ਗਰੋ ਨਾ ਫਾਸਟ ਗਰੋ ਵਾਲੇ ਨਹੀਂ ਲੈਣੇ ਆਪਾਂ ਨਾ ਨਾ ਜਿਹੜਾ ਹੌਲੀ ਹੌਲੀ ਗਰੋ ਕਰਦਾ ਆ ਉਹ ਲੈਣੇ ਆ ਕਟਿੰਗ ਕਰ ਸਕਦੇ ਹੋ ਬੂਟਾ ਓਡਾ ਕੀ ਰਹੂਗਾ ਬੂਟਾ ਓਡਾ ਜਿਆਦਾ ਵੱਡਾ ਹੋ ਗਿਆ ਹਾਂ ਉਹਨੂੰ ਕਵਰ ਕਰ ਲੈਣਾ ਤਾਂ ਸਹੀ ਨਹੀਂ ਲੱਗਣਾ ਹਾਂ ਇਹ ਵੀ ਗੱਲ ਸਹੀ ਆ ਇਹਦੇ ਵਿੱਚ ਫੈਲ ਜਾਣਾ ਵੱਡਾ ਹੋ ਜਾਣਾ ਬਿਕਾਜ਼ ਜਿੰਨੇ ਜੇ ਅਸੀਂ ਵੱਡੇ ਪੱਤਿਆਂ ਵਾਲੇ ਪਲਾਂਟਸ ਲੈ ਲਾਂਗੇ ਉਹਨੇ ਕੀ ਕਰਨਾ ਫਿਰ ਉਹਦੇ ਕਰਕੇ ਕੀ ਹੁੰਦਾ ਕਿ ਬਾਕੀ ਬੂਟਿਆਂ ਨੂੰ ਫਿਰ ਲਾਈਟ ਨਹੀਂ ਪਹੁੰਚਦੀ ਲਾਈਟ ਦੂਜਾ ਸੋਹਣਾ ਵੀ ਨਹੀਂ ਲੱਗਣਾ ਸੋਹਣਾ ਵੀ ਨਹੀਂ ਲੱਗਣਾ ਹਨਾ ਕਿ ਇੱਕ ਛੋਟਾ ਇੱਕ ਵੱਡਾ ਸਾਰੇ ਸੇਮ ਸਾਈਜ਼ ਦੇ ਆਪਾਂ ਲੈਣੇ ਆ ਹਾਂ ਦੈਟਸ ਰਾਈਟ ਸੋਹਣਾ ਲੱਗਣ ਦਿਆ ਸਾਰਾ ਕੁਝ ਬਣਾ ਸਕੀਏ
ਹਾਂ ਜੀ ਫੁੱਟਿਆ ਨਾ ਇਹ ਕੀ ਹੈ ਇਹੀ ਹੈ ਇਕੋਸਿਸਟਮ ਬਣਾਉਣ ਵਾਸਤੇ ਇੰਨੇ ਸਾਈਜ਼ ਵਿੱਚ ਹੀ ਬਣ ਜਾਂਦਾ ਛੋਟੇ ਸਾਈਜ਼ ਚ ਹਾਂ ਉਹ ਅੱਛਾ ਮੈਂ ਤਾਂ ਹੁਣ ਦੇਖਿਆ ਆ ਦੇਖੋ ਆ ਵੀ ਹਾਂ ਇਹਦੇ ਵਿੱਚ ਵੀ ਬਣ ਜਾਣਾ ਤਾਂ ਹੀ ਸਾਨੂੰ ਪਲਾਂਟ ਫਿਰ ਉਹ ਬਿਲਕੁਲ ਨਿੱਕੇ ਨਿੱਕੇ ਚਾਹੀਦੇ ਹਾਂ ਜੀ ਹਾਂ ਜੀ ਅਸੀਂ ਤਾਂ ਚਲੋ 1 ਫੁੱਟ ਵਾਲੇ ਚ ਬਣਾਵਾਂਗੇ ਇੱਕ ਛੋਟਾ ਗਾਰਡਨ ਜਿਹਨੂੰ ਕਹਿ ਸਕਦੇ ਆ ਨਿੱਕੇ ਜੇ ਗਲਾਸ ਚ ਜਾਂ ਕੱਪ ਚ ਗਾਰਡਨ ਬਣਾਉਣਾ ਇਹ ਵੀ ਸੋਹਣਾ ਲੱਗਾ ਮੈਨੂੰ ਜੈਕ ਪ੍ਰਾਈਜ਼ ਕਿੰਨੇ बना लगे जो छोटा गार्डन बना लगे असीं कोशिश करनी है कि आपां लैस प्राइस विच सारा जिहड़ा है ओह क्रिएट कर लईए है ना महंगी महंगी चीज़ का कोई फायदा नहीं हुंदा छोटी छोटी चीज़ां आपां लैनियां आ बट सस्तियां लैनियां आ ओह बना भी सकदा हाँ जी आ जिहड़े हैंग करन वाले हुंदे ना जैक ये भी लैने ये भी मैनूं बहुत सोहणे लगदे आ बालकनी च हैंग हाँ बालकनी सैटअप करके हैंग कीते होए सोहणे लगदे ओही ना कहता है ताईं कह रही है बहुत सोहणे लगदे आ बूटियां दा थाल किड्डा सोहना बनाया वे ए वड्डे होंदे आ अच्छा मैं तुम दसना इत्थे होने दी चलो आपा ले लिए फिर जैक समान ले ओनां नु कह दो ओनां नु तुसी दसता है केड़ा केड़ा तानू पसंद है दसता ओ आपे ले आउणगे की कहंदे ओ नहीं ओ चकणे उनां ने ओ कंडे लगे आ कंडे लगे अच्छा ठीक है ओके ओके चल दे फिर आप पे कर दें है ना होर की देखना हैगा तो बहुत कुछ है बड़ा कुछ जी का दा सारा कुछ ले जी असि अभी यूज होना पड़ा बड़ा इनो तो कल्ले काट के पीस एक के लोना पड़ा अंगद सिंह किथे चल गए देखो ओई ए बनाया ते आईफिल टावर है ना जैक आईफिल टावर ते उत्ते किन्ना नु चढ़ाता बांदरा नु बेचारा आईफिल टावर गुरीले चढ़ गए ओदे ते या देखो किड्डे सोहणे गुलाब पिंक या येलो आ प्लांट्स आपां लै ले आ ये हैगे वड्डे आ बट जैक कह रहे सी कि इन्हां नू जिद्दां कट कट के ना छोटा छोटा जिहा फिर इहदा जाल जिहा जिद्दां ओह बणावांगे आपां ओह सोहणा लगेगा विच सारी अज की वीडियो बहुत अपना ना इन्ना आनंद आया इतने सारे पास घूम के फ्लावर्स आ सारे प्लांट्स बड़े सोहने लग रहे थे सो जी चीज़ आप तैयार करना चाह रहे हैं टेरेरियम सो वो तैयार करा प्लांट्स आप सारे छोटे छोटे ले लिया मिट्टी भी ले ली है लकड़ा छोटी छोटी रह गई हैं या पत्थर जी रह गए असं बीच तो भी लै सकते हैं किसी बीच तो जाके सो कोशिश करा कि असं घट पैसों में इनू तैयार करिए जो हौली हौली तैयार करा इन असं जी वीडियो भी बनावे तेन तुम शो भी करा जो पूरा भी तैयार होगा वो भी आप वीडियो बना के तुम शो करा सो तुम साइक करो सबसक्राइब करो तो शेयर जरूर करो जल्दी मिलेंगे तुम अगली वीडियो थैंक यू।